ਪੰਜਾਬ ਸਰਕਾਰ ਦੇ ਵੱਲੋਂ ਕਾਫੀ ਸਾਰੇ ਇਤਿਹਾਸਿਕ ਫੈਸਲੇ ਲਏ ਗਏ ਨੇ। ਹੁਣ ਬਜਟ ਸੈਸ਼ਨ ਆਉਣ ਵਾਲਾ ਹੈ, ਉਸ ਨੂੰ ਲੈ ਕੇ ਵੀ ਦੋ ਇਤਿਹਾਸਿਕ ਫੈਸਲੇ ਨੇ ਜਿਹੜੇ ਉਹ ਹੋਏ ਨੇ। ਇੱਕ ਇੱਕ ਕਰਕੇ ਚਰਚਾ ਕਰਾਂਗੇ। ਸਾਡੇ ਨਾਲ ਸਪੀਕਰ ਕੁਲਤਾਰ ਸੰਧਵਾ ਜੀ ਮੌਜੂਦ ਨੇ। ਸਭ ਤੋਂ ਪਹਿਲੀ ਗੱਲ ਕਰ ਲੈਂਦੇ ਹਾਂ ਬਜਟ ਸੈਸ਼ਨ ਦੀ। ਸੈਸ਼ਨ ਦੇ ਵਿੱਚ ਇਸ ਤੋਂ ਪਹਿਲਾਂ ਹੀ ਜਿਹੜੇ ਵਿਧਾਇਕਾਂ ਦੀ ਜਿਹੜੀ ਟ੍ਰੇਨਿੰਗ ਹੈਗੀ ਹੈ ਉਹ ਦਿੱਤੀ ਜਾਣੀ ਹੈ। ਟ੍ਰੇਨਿੰਗ ਹੈ ਜਿਹੜੀ ਕਦੋਂ ਤੋਂ ਸ਼ੁਰੂ ਹੋਏਗੀ ਅਤੇ ਕਿਸ ਤਰ੍ਹਾਂ ਦਿੱਤੀ ਜਾਏਗੀ? ਦੇਖੋ ਜੀ, ਵਿਧਾਇਕਾਂ ਨੂੰ ਜਿਹੜੇ ਪਹਿਲੀ ਵਾਰ ਚੁਣੇ ਹੋਏ ਵਿਧਾਇਕ ਖਾਸ ਕਰਕੇ ਉਹਨਾਂ ਲਈ ਇੱਕ ਟ੍ਰੇਨਿੰਗ ਦਾ ਪ੍ਰਬੰਧ ਕਰਾਇਆ ਗਿਆ ਜਿਹੜੀ ਕਿ ਲੋਕ ਸਭਾ ਦੀ ਸੰਸਥਾ ਪ੍ਰਾਈਡ ਉਹਨਾਂ ਦੇ ਵੱਲੋਂ ਇਹ ਦਿੱਤੀ ਜਾਂਦੀ ਹੈ ਵੱਖ ਵੱਖ ਸੂਬਿਆਂ ਦੇ ਵਿੱਚ, ਪੰਜਾਬ ਦੇ ਵਿੱਚ ਵੀ ਦਿੱਤੀ ਜਾਏਗੀ। ਔਰ ਇਹਦੇ ਵਿੱਚ ਸਾਰਾ ਵਿਧੀ ਵਿਧਾਨ ਸਮਝਾਇਆ ਜਾਏਗਾ ਜਿਸ ਨਾਲ ਵਿਧਾਇਕ ਆਪਣੀ ਡਿਊਟੀ ਪੂਰੀ ਕਰਨਗੇ, ਕਿਸ ਤਰ੍ਹਾਂ ਜੀਰੋ ਆਵਰ ਦੇ ਵਿੱਚ ਮੌਕਾ ਲੈਣਾ, ਕਿਸ ਤਰ੍ਹਾਂ ਕੁਐਸਚਨ ਆਵਰ ਦੇ ਵਿੱਚ ਜਿਹੜੇ ਕੁਐਸਚਨ ਦੇਣੇ ਹੈ, ਕਿਸ ਤਰ੍ਹਾਂ ਕਾਲ ਅਟੈਂਸ਼ਨ ਦੇਣੀ ਹੈ। ਸੋ ਸਾਰੇ ਜਿਹੜੇ ਮਤਲਬ ਵਿਧਾਇਕਾਂ ਦੇ ਕੰਮ ਕਰਨ ਦੇ ਵਿੱਚ ਕਿਸ ਤਰ੍ਹਾਂ ਮਦਦ ਮਿਲੇਗੀ ਉਹ 31 ਤਰੀਕ ਨੂੰ, ਇਸ ਮਹੀਨੇ ਦੀ 31 ਔਰ 2 ਤਰੀਕ ਨੂੰ 3 ਦਿਨ ਦੀ ਟ੍ਰੇਨਿੰਗ ਰੱਖੀ ਗਈ ਹੈ। ਸੋ ਇਹ ਇਸ ਵਾਰ ਅਸੀਂ ਕਰਨ ਜਾ ਰਹੇ ਹਾਂ। ਸੰਧਵਾ ਸਾਹਿਬ, ਤੁਸੀਂ ਪਹਿਲਾਂ ਵਿਰੋਧੀ ਧਿਰ ਦੇ ਵਿੱਚ ਰਹੇ ਹੋ, ਬਖੂਬੀ ਆਉਂਦਾ ਤੁਹਾਨੂੰ ਸਵਾਲ ਨੇ ਜਿਹੜੇ ਕਿਸ ਤਰ੍ਹਾਂ ਰੱਖਣੇ ਨੇ, ਅਤੇ ਜਿਹੜੇ ਨਵੇਂ ਵਿਧਾਇਕ ਨੇ ਐਤਕੀ ਤਕਰੀਬਨ 90 ਦੇ ਕਰੀਬ ਨੇ ਨਵੇਂ ਵਿਧਾਇਕ ਆ ਰਹੇ ਨੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਟ੍ਰੇਨਿੰਗ ਦਿਓਗੇ ਕਿ ਜਿਹੜੇ ਸਵਾਲ ਨੇ ਆਪਣੇ ਇੱਕ ਤਾਂ ਹਲਕੇ ਦੇ ਅਤੇ ਦੂਜਾ ਸਰਕਾਰ ਦੇ ਪੱਖ ਦੇ ਵਿੱਚ ਕਿੱਦਾਂ ਰੱਖਣਗੇ? ਇਸ ਲਈ ਹੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਤੁਸੀਂ ਪ੍ਰੋਪਰਲੀ ਜਿਹੜਾ ਲੋਕਾਂ ਦੀ ਨੁਮਾਇੰਦਗੀ ਕਰੋ ਔਰ ਉਹਨਾਂ ਦੇ ਦੁੱਖ ਤਕਲੀਫ ਹੈ ਵਿਧਾਨ ਸਭਾ ਦੇ ਪਟਲ ਦੇ ਉੱਤੇ ਰੱਖੋ ਤਾਂ ਕਿ ਉਹਨਾਂ ਦੀ ਡਿਸਕਸ ਹੋ ਸਕੇ ਔਰ ਉਹਦਾ ਕੋਈ ਹੱਲ ਨਿਕਲ ਸਕੇ। ਸੋ ਇੱਕ ਚੰਗੀ, ਮੈਨੂੰ ਸਮਝਦਾ ਬਹੁਤ ਯੂਜ਼ਫੁੱਲ ਜਿਹੜਾ ਇਹ ਟ੍ਰੇਨਿੰਗ ਰਹਿਣ ਵਾਲੀ ਹੈ। ਬਾਕੀ ਹਮੇਸ਼ਾ ਚੰਗੇ ਕੰਮ ਕਰਦੇ ਰਹਾਂਗੇ। ਮਾਨ ਸਰਕਾਰ ਦੇ ਵੱਲੋਂ ਜਿਹੜੇ ਫੈਸਲੇ ਨੇ ਉਹ ਇਤਿਹਾਸਿਕ ਲਏ ਜਾਂਦੇ ਨੇ, ਨਾਲ ਹੀ ਨਾਲ ਜਿਹੜੀ ਕਾਰਗੁਜ਼ਾਰੀ ਹੈਗੀ ਆ ਉਹ ਵੀ ਦੇਖੀ ਜਾ ਰਹੀ ਹੈ। ਤੁਹਾਡੇ ਹੀ ਕੈਬਨਿਟ ਮਿਨਿਸਟਰ ਸੀ ਸਰਕਾਰ ਦੇ, ਜੋ ਕਿ ਹੁਣ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਨੇ, ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਦੇਖੋ ਜੀ, ਮੈਂ ਬਤੌਰ ਵਿਧਾਇਕ ਤਾਂ ਇਸ ਤਰ੍ਹਾਂ ਦੀ ਕੋਈ ਟਿੱਪਣੀ ਮਤਲਬ ਕਰਨ ਮੇਰੀ ਮਰਿਆਦਾ ਤੋਂ ਬਾਹਰ ਦੀ ਗੱਲ ਹੈ, ਲੇਕਿਨ ਇੱਕ ਪੰਜਾਬੀ ਦੇ ਤੌਰ 'ਤੇ ਮੈਨੂੰ ਇਹ ਲੱਗਦਾ ਵੀ ਕਰਪਸ਼ਨ ਹੀ ਹੈ ਜਿਹਦੇ ਕਰਕੇ ਸਾਡਾ ਸੂਬਾ ਪਿੱਛੇ ਜਾ ਰਿਹਾ। ਸੋ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਾਡੇ ਮੁੱਖ ਮੰਤਰੀ ਮਾਣਯੋਗ ਭਗਵੰਤ ਮਾਨ ਜੀ ਨੇ ਬੜਾ ਇੱਕ ਵੱਡਾ ਫੈਸਲਾ ਲਿਆ। ਵਿਰੋਧੀਆਂ ਦੇ ਖਿਲਾਫ਼ ਤਾਂ ਲੋਕ ਰੌਲਾ ਪਾਉਂਦੇ ਰਹਿੰਦੇ ਵੀ ਉਹ ਖਾ ਗਏ ਜੀ, 900 ਕਰੋੜ ਖਾ ਗਏ, 900 ਕਰੋੜ ਖਾ ਗਏ, ਜਦੋਂ ਸਰਕਾਰ 'ਚ ਆਏ ਨੇ ਫਿਰ ਕੋਈ ਕਾਰਵਾਈ ਨਹੀਂ, ਵਿਰੋਧੀਆਂ 'ਤੇ ਵੀ ਨਹੀਂ ਹੁੰਦੀ। ਇੱਥੇ ਆਪਣੇ 'ਤੇ ਜਿਹੜੀ ਕਾਰਵਾਈ ਹੋਈ ਬਹੁਤ ਵੱਡੀ ਗੱਲ ਹੈ। ਮਾਨ ਸਾਹਿਬ ਨੇ ਜਿਹੜੀ ਕੀਤੀ ਉਹਦੇ ਨਾਲ ਲੋਕਾਂ 'ਚ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਪੱਕਾ ਹੋਏਗਾ ਔਰ ਇਹ ਸਰਕਾਰ ਦੇ ਵਿੱਚ ਵੀ ਜਿਹੜੀਆਂ ਆਸਾਂ ਨਾਲ ਉਹਨਾਂ ਨੇ ਸਰਕਾਰ ਬਣਾਈ ਹੈ, ਮੈਨੂੰ ਲੱਗਦਾ ਇਹਦੇ 'ਚ ਵੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਵਿਸ਼ਵਾਸ ਪੱਕਾ ਹੋਏਗਾ, ਮੈਨੂੰ ਲੱਗਦਾ। ਦੇਖੋ, ਉਹਨਾਂ ਦੇ ਕੋਲੋਂ ਕੈਬਨਿਟ ਰੈਂਕ ਹੈ ਉਹ ਤਾਂ ਖੋਸੀ ਗਈ ਹੈ, ਵਿਧਾਇਕੀ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕਿ ਵਿਧਾਇਕੀ ਉਹਨਾਂ ਕੋਲ ਰਹੇਗੀ ਜਾਂ ਨਹੀਂ? ਦੇਖੋ ਜੀ, ਇਹ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਦੀ ਗੱਲ ਹੁੰਦੀ ਹੈ, ਹਾਲੇ ਉਹ ਮੈਂਬਰਸ਼ਿਪ 'ਤੇ ਕੋਈ ਸਵਾਲ ਨਹੀਂ ਹੈ ਉਹਨਾਂ 'ਤੇ। ਇੱਕ ਹੋਰ ਵਿਧਾਇਕ ਨੇ ਜਿਨ੍ਹਾਂ ਨੂੰ ਰੋਪੜ ਕੋਰਟ ਦੇ ਵੱਲੋਂ ਹੀ ਸਜ਼ਾ ਦਿੱਤੀ ਗਈ ਹੈ 3 ਸਾਲ ਦੀ, ਅਗਰ 2 ਸਾਲ ਤੋਂ ਘੱਟ ਹੁੰਦੀ ਤਾਂ ਸ਼ਾਇਦ ਉਹ ਬਣੇ ਰਹਿੰਦੇ, ਪਰ ਅਗਰ ਕਹਿੰਦੇ 3 ਸਾਲ ਤੋਂ ਜ਼ਿਆਦਾ ਦੀ ਸਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੀ ਪੋਸਟ ਹੈ ਜਿਹੜੀ ਛੱਡਣੀ ਪੈਂਦੀ ਹੈ। ਇਹਦੇ ਲਈ ਵੀ ਇੱਕ ਕੰਡੀਸ਼ਨ ਹੈ ਵੀ ਜੇ ਤਾਂ ਉਹਨਾਂ ਦੀ ਅਪੀਲ ਅੱਗੇ ਮਨਜ਼ੂਰ ਹੋ ਗਈ ਆ ਤਾਂ ਫਿਰ ਕੋਈ ਸਵਾਲ ਨਹੀਂ ਉੱਠਦਾ ਇਸ ਤਰ੍ਹਾਂ ਦਾ। ਅਗਰ ਅਪੀਲ ਮਨਜ਼ੂਰ ਨਹੀਂ ਹੋਈ ਤਾਂ ਫਿਰ ਹੋ ਸਕਦਾ ਵੀ ਕਾਨੂੰਨ ਆਪਣਾ ਰਸਤਾ ਇਖਤਿਆਰ ਕਰੇ। ਬਜਟ ਸੈਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ, ਔਰ ਐਤਕੀ ਮਾਨ ਸਰਕਾਰ ਨੇ ਇੱਕ ਵਾਰ ਫਿਰ ਫੈਸਲਾ ਕੀਤਾ ਹੈਗਾ, ਕਾਫੀ ਇਤਿਹਾਸਿਕ ਫੈਸਲਾ ਇਹਨੂੰ ਕਿਹਾ ਜਾ ਸਕਦਾ ਕਿਉਂਕਿ ਐਤਕੀ ਜਿਹੜਾ ਬਜਟ ਸੈਸ਼ਨ ਹੋਣ ਵਾਲਾ ਹੈ ਉਹ ਸਾਰਾ ਪੇਪਰਲੈਸ ਹੋਵੇਗਾ, ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਇਸ ਨੂੰ ਲੈ ਕੇ? ਦੇਖੋ, ਜਿਹੜਾ ਬਜਟ ਸਰਕਾਰ ਪੇਸ਼ ਕਰਦੀ ਉਹ 'ਤੇ ਟਨਾਂ ਦੇ ਨਾਲ ਹਿਸਾਬ ਦੇ ਨਾਲ ਪੇਪਰ ਲੱਗਦਾ। ਸੋ ਬੜਾ ਵਧੀਆ ਇਹ ਫੈਸਲਾ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ, ਜਿਹਦੇ ਨਾਲ ਪੇਪਰ ਦੀ ਬੱਚਤ ਹੋਏਗੀ ਔਰ ਸਾਰਾ ਇਹ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਜਿਹੜਾ ਇਹ ਬਜਟ ਦਿੱਤਾ ਜਾਏਗਾ। ਤੁਹਾਨੂੰ ਵੀ ਜਿਹੜਾ ਬਜਟ ਦੀ ਕਾਪੀ ਦੇਣੀ ਹੈ ਪੱਤਰਕਾਰ ਸਾਹਿਬਾਨ ਨੂੰ, ਉਹ ਵੀ ਇਲੈਕਟ੍ਰੋਨਿਕ ਤਰੀਕੇ ਤੋਂ ਦਿੱਤੀ ਜਾਏਗੀ ਔਰ ਇਹਦੇ ਨਾਲ ਕਾਫੀ ਬੱਚਤ ਹੋਏਗੀ। ਇਹ ਬੜਾ ਅੱਛਾ ਫੈਸਲਾ। ਅਖੀਰੀ ਸਵਾਲ ਲਵਾਂਗੀ, ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ, ਕਿਸ ਤਰ੍ਹਾਂ ਦੇ ਜਿਹੜੇ ਨਿਰਦੇਸ਼ ਨੇ ਉਹ ਦਿੱਤੇ ਗਏ ਨੇ ਅਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ? ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਮੇਰੇ ਅਧਿਕਾਰ ਖੇਤਰ ਤੋਂ ਬਾਹਰ। ਇਸ ਸਨ ਸਾਡੇ ਨਾਲ ਸਪੀਕਰ ਕੁਲਤਾਰ ਸੰਧਵਾ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਐਤਕੀ ਜਿਹੜਾ ਬਜਟ ਸੈਸ਼ਨ ਹੋਣ ਵਾਲਾ ਹੈ ਉਹ ਕਾਫੀ ਇਤਿਹਾਸਿਕ ਰਹੇਗਾ ਕਿਉਂਕਿ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਹੁਣ ਡਿਜੀਟਲ ਤਰੀਕੇ ਰਾਹੀਂ ਪਹੁੰਚਣਗੀਆਂ, ਬਾਹਰ ਆਉਣਗੀਆਂ, ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਗਜ਼ ਹੈਗੇ ਉਸਦੀ ਬਚਤ ਹੋਏਗੀ। ਵੀਡੀਓ ਜਰਨਲਿਸਟ ਅਨਿਲ ਦੇ ਨਾਲ ਦੈਨਿਕ ਸਵੇਰਾ ਟੀਵੀ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ ਪੌਲ।
बाबा यामीन बंगाली गोल्ड मेडलिस्ट तुहाडे शहर च पहली बार अद्भुत शक्ति चमत्कार वेखो। देश विदेश बैठे सानू व्हाट्सएप ते भी कॉल कर सकते ने। घर बैठे 11 मिनटां च 101% गारंटी नाल समाधान। वशीकरण ते मुठकरनी दे माहिर सब तो पहला काम करन दा वादा। नौकरी प्रमोशन कारोबार च परेशानी घर च झगड़ा बरकत औलाद कहने तो बार होना कोर्ट केस तलाक प्रॉपर्टी डिस्प्यूट गुप्त रोग पुराना दर्द पति पत्नी चंदबन जादू टोना मनमोड़ी वशीकरण करवाना जा तुड़वाना सौतन दुश्मन तो छुटकारा सदा ले रुस्से नु मनाना प्यार मोहब्बत बाबा यामीन बंगाली 96435032121।